ਆਈ ਥਿੰਕ ਗੁਰਬਾਣੀ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਜਦੋਂ ਅਸੀਂ ਆਂਦੇ ਹਾਂ ਅਸੀਂ ਆਪਣਾ ਸਵਾਸ ਲਿਖ ਕੇ ਆਂਦੇ ਹਾਂ ਰਾਈਟ ਤੇ ਕਈ ਲੋਕੀ ਯੂ نو ਬਹੁਤ ਆ ਵੁੱਡ ਸੇ ਸਫਰਿੰਗ ਰਾਈਟ ਕਿਉਂਕਿ ਜ਼ਿੰਦਗੀ ਇੱਕ ਸਫਰਿੰਗ ਹੈ ਬਹੁਤ ਸਫਰਿੰਗ ਨਾਲ ਜੀ ਕੇ ਸਵਾਸ ਦਿੰਦੇ ਨੇ ਤੇ ਕਈ ਬਹੁਤ ਹੀ ਯੰਗ ਏਜ ਕਈ ਕਈ ਬੱਚੇ ਬੱਚੇ ਹੁੰਦੇ ਨੇ ਯੂ نو ਬਹੁਤ ਯੰਗ ਏਜ ਵਿੱਚ ਸਵਾਸ ਦੇ ਦਿੰਦੇ ਨੇ ਤੇ ਇਦਾਂ ਕਿਉਂ ਹੁੰਦਾ ਦੇਖੋ ਇਹ ਇਨਸਾਨ ਨੇ ਇਹਦੇ ਬਾਰੇ ਦੋ ਰਾ ਦਿੱਤੇ ਹੋਏ ਆ ਠੀਕ ਹੈ ਵਸੇ ਤਾਂ ਸਾਨੂੰ ਜੇ ਮੈਂ ਤੁਹਾਨੂੰ ਗੁਰਬਾਣੀ ਪੱਖੋਂ ਦੱਸਾਂ ਵੱਖਰੀ ਗੱਲ ਨਾ ਪਰ ਜੇ ਮੈਂ ਵਸੇ ਤੁਹਾਨੂੰ ਮੈਂ ਇਸਾਨੀਅਤ ਤੋਂ ਦੱਸਾਂ ਇਹ ਇਨਸਾਨ ਸੋਚਦਾ ਕਿ ਦੋ ਮਾਰ ਕਰਕੇ ਆ ਇਹਦੇ ਇਹਦੇ ਵਾਸਤੇ ਨਾ ਇੱਕ ਤਾਂ ਸੋਚ ਇਹ ਹੈ ਕਿ ਹਰ ਬੰਦਾ ਬਰਾਬਰ ਹੁੰਦਾ ਠੀਕ ਹੈ ਹਰ ਬੰਦਾ ਜਿਹੜਾ ਬੱਚਾ ਪੈਦਾ ਹੁੰਦਾ ਉਹ ਮਾਸੂਮ ਹੈ ਉਹਦੇ ਵਿੱਚ ਕੋਈ ਦੋਸ਼ ਨਹੀਂ ਹੈ ਹਰ ਬੰਦਾ ਬਰਾਬਰ ਤੇ ਆਪਣੀ ਆਪਣੀ ਕਮਾਈ ਲੈ ਕੇ ਜਾਂ ਆਪਣਾ ਕੋਈ ਇਥੇ ਕਰਮ ਕਰਕੇ ਉਹਨੂੰ ਉਹ ਫਲ ਭੁਗਤਣਾ ਪੈਂਦਾ ਭੁਗਤਣਾ ਪੈਂਦਾ ਦੂਜਾ ਮਾਰਗ ਇਹ ਕਹਿੰਦਾ ਕਿ ਹਰ ਬੰਦੇ ਜਿਹਦੀ ਜਿਹਦੀ ਹਰ ਜਿਹੜਾ ਜੀਵ ਜਿੱਥੇ ਸੰਸਾਰ ਵਿੱਚ ਆਉਂਦਾ ਉਹ ਕੋਈ ਕੋਈ ਨਾ ਕੋਈ ਕਰਮਾਂ ਦਾ ਇੱਕ ਸਲੇਟ ਲੈ ਕੇ ਆ ਰਿਹਾ ਕੋਈ ਨਾ ਕੋਈ ਕਰਮਾਂ ਦਾ ਕੋਈ ਉਹ ਢਾਂਚਾ ਲੈ ਕੇ ਆ ਰਿਹਾ ਨਾਲ ਤੇ ਉਹਰੇ ਅਨੁਸਾਰ ਉਹਨੂੰ ਇਸ ਜੀਵਨ ਵਿੱਚ ਸੁੱਖ ਦੁੱਖ ਭੋਗਨੇ ਪੈਂਦੇ ਆ ਗੁਰਬਾਣੀ ਇਹ ਦੂਜੇ ਮਾਰਗ ਨੂੰ ਜਾਰੀ ਪੈ ਲੈਂਦੀ ਆ ਕਿ ਹਰ ਇਨਸਾਨ ਕੋਈ ਨਾ ਕੋਈ ਕਰਮਾਂ ਦਾ ਢਾਂਚਾ ਨਾਲ ਲੈ ਕੇ ਆਇਆ ਹੋਇਆ ਤੇ ਉਹਰੇ ਅਨੁਸਾਰ ਉਹਨੂੰ ਸੁੱਖ ਦੁੱਖ ਭੋਗਣਾ ਪੈਂਦਾ ਇਸ ਕਰਕੇ ਹਪਾ ਸਾਰੇ ਜਾਨੇ ਬਰਾਬਰ ਨਹੀਂ ਹੈਗੇ ਮਤਲਬ ਜਿਹੜਾ ਸਾਡਾ ਜਨਮ ਹੁੰਦਾ ਕਿਆਂ ਕਿਆਂ ਦਾ ਜਨਮ ਉਹ ਵਧੀਆ ਘਰਾਂ ਵਿੱਚ ਹੁੰਦਾ ਕਿਆਂ ਦਾ ਜਨਮ ਕਿਤੇ ਕਿਤੇ ਮਾੜੇ ਘਰਾਂ ਵਿੱਚ ਵੀ ਹੋ ਜਾਂਦਾ ਕਿਆਂ ਨੂੰ ਜਿਹੜੀ ਸੰਸਕਾਰ ਹੈ ਚੰਗੇ ਸੰਸਕਾਰ ਮਿਲਦੇ ਆ ਕਿਹਨੂੰ ਬਰੇ ਭੈੜੇ ਸੰਸਕਾਰ ਮਿਲਦੇ ਆ ਹੁਣ ਇਹਦਾ ਜਿਹੜਾ ਉੱਤਰ ਗੁਰੂ ਬਾਣੀਆਂ ਅਨੁਸਾਰ ਇਹ ਹੋਏਗਾ ਜੇ ਜੋਈ ਜੋਈ ਇਸ ਬੰਦੇ ਨੇ ਪਿਛਲੇ ਜਨਮ ਵਿੱਚ ਕੀਤਾ ਸੀ ਉਹ ਇਸ ਜਨਮ ਵਿੱਚ ਉਹਨੂੰ ਭੁਗਤਣਾ ਪੈਂਦਾ ਸੋ ਡਸ ਥੈਟ ਮੀਨ ਜੇ ਤੁਹਾਡੀ ਜਲਦੀ ਮੌਤ ਹੁੰਦੀ ਦਾ ਮੈਨੂੰ ਇਸ ਤੋਂ ਤੁਹਾਡੀ ਜ਼ਿੰਦਗੀ ਵਿੱਚ ਸਫਰਿੰਗ ਕਟ ਲਿਖੀ ਹੋਈ ਆ ਦੇਖੋ ਜੀ ਅੰਗਰੇਜ਼ੀ ਵਿੱਚ ਇੱਕ 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 ਮਿਸਾਲ ਹੈ ਕਿ ਦ ਗਲਾਸ ਇਜ਼ ਹਾਫ ਐਮਟੀ অর ਹਾਫ ਫੁੱਲ ਦੇਖਣ ਦੇ ਨਜ਼ਰ ਨਰਜਰੀਆਂ ਵਿੱਚ ਮਤਲਬ ਦੇਖਣ ਵਾਲੀ ਅੱਖ ਵਿੱਚ ਇਹ ਗੱਲ ਹੈਗੀ ਹੂੰ ਇਹ ਹੁਣ ਦੇਖੋ ਮੇਰੇ ਅੱਗੇ ਇੱਕ ਕੋਲਾ ਪਿਆ ਹੈ ਜਾਂ ਇੱਕ ਗਲਾਸ ਪਾਣੀ ਨਾਲ ਭਰੀ ਹੋਈ ਹੈ ਨਾ ਅੱਧੀ ਭਰੀ ਹੋਈ ਹੈ ਹੁਣ ਕੋਈ ਕਹੇਗਾ ਕਿ ਇਹ ਜਿਹੜਾ ਕੱਪ ਹੈ ਜਾਂ ਜਿਹੜੀ ਗਲਾਸ ਹੈ ਅੱਧੀ ਖਾਲੀ ਹੈ ਕੋਈ ਕਹੇਗਾ ਕਿ ਅੱਧੀ ਭਰੀ ਹੋਈ ਹੈ ਮਤਲਬ ਇਹਦੇ ਮਤਲਬ ਇਹ ਹੀ ਹੈ ਕਿ ਹਰ ਬੰਦੇ ਦੀ ਇਹਦੇ ਉੱਤੇ ਸੋਚ ਵੱਖਰੀ ਹੋਏਗੀ ਜਿੱਦਾਂ ਕਿਸੇ ਦੀ ਅੱਖ ਹੈ ਉਹਨੂੰ ਉਦਾਂ ਹੀ ਹੀ ਦਿਸ ਰਿਹਾ ਹੁਣ ਆਪ ਜੀ ਦਾ ਸਵਾਲ ਇਹ ਸੀ ਕਿ ਜੇ ਹੁਣ ਕੋਈ ਛੇਤੀ ਚਲ ਜਾਂਦਾ ਉਹਦਾ ਮਤਲਬ ਇਹ ਕੀ ਔਰ ਇਹ ਔਰ ਇਹ ਜੀਵਨ ਵਿੱਚ ਘਾਟੇ ਦੁੱਖ ਮਿਲਿਆ ਹੁਣ ਤਾਂ ਕੋਈ ਕੋਈ ਹੋਰ ਦੇਖਣ ਵਾਲਾ ਕਹੇਗਾ ਕਿ ਇਹ ਬੱਚਾ ਛੇਤੀ ਚਲ ਗਿਆ ਇਹਦਾ ਮਤਲਬ ਇਹਨੂੰ ਪ੍ਰਮਾਤਮਾ ਨੇ ਪਸੰਦ ਨਹੀਂ ਕੀਤਾ ਇਹਨੂੰ ਪੂਰੀ ਜੀਵਨ ਨਹੀਂ ਮਿਲੀ ਪਰ ਹੋਰ ਕੋਈ ਬੰਦਾ ਇਹ ਕਹੇਗਾ ਕਿ ਹਾਂ ਵਧੀਆ ਹੋ ਗਿਆ ਛੇਤੀ ਚਲ ਗਿਆ ਕਿ ਇਸ ਸੰਸਾਰ ਦੇ ਦੁੱਖ ਨਹੀਂ ਚੱਲਨੇ ਪਏ ਹਮ ਕਿਹਾਂ ਵਾਸਤੇ ਸੰਸਾਰ ਬੜਾ ਸੁਖੀ ਹੈ ਕਿਹਾਂ ਵਾਸਤੇ ਸੰਸਾਰ ਬੜਾ ਦੁਖੀ ਹੈ ਇਹ ਦੇਖਣ ਵਾਲੇ ਅੱਖ ਵਿੱਚ ਤਾ ਕਰਕੇ ਗੁਰਬਾਨੀ ਸਾਨੂੰ ਇੱਕ ਨਿਰੰਤਰ ਮਾਰਗ ਦਰਸਾਉਂਦੀ ਹੈ ਕਿ ਪਾਵੇਂ ਤੁਸੀਂ ਸੁਖ ਵਿੱਚ ਹੋ ਪਾਵੇਂ ਤੁਸੀਂ ਦੁੱਖ ਵਿੱਚ ਹੋ ਉਪਰਾਮ ਰਹੋ ਉਪਰਾਮ ਦਾ ਅਰਥ ਇਹ ਹੈ ਕਿ ਟੂ ਬੀ ਡੀ ਅਟੈਚਡ ਮੈਂ ਅੰਗਰੇਜ਼ੀ ਚ ਮੈਂ ਸ਼ਬਦ ਬੋਲਣਾ ਉਪਰਾਮ ਦਾ ਅਰਥ ਇਹ ਹੈ ਕਿ ਉਦਾਸ ਹੈ ਉਦਾਸ ਮਤਲਬ ਇਹ ਨਹੀਂ ਕਿ ਡਿਪਰੈਸ਼ਨ ਵਿੱਚ ਚਲ ਜਾਣਾ ਉਦਾਸ ਮਤਲਬ ਉਡ ਆਸ ਇਹ ਮੈਂ ਤੁਹਾਨੂੰ ਇਹ ਇਹ ਸ਼ਬਦ ਤਾਂ ਮੈਂ ਪਦਸ਼ੀద్ధి ਕਰਦਾ ਉਡਾਸ ਦਾ ਅਰਥ ਹੈ ਉਡ ਆਸ ਉੱਚੇ ਹੋ ਕੇ ਆਸਨ ਹੋਣਾ ਇਹਦਾ ਮਤਲਬ ਇਹ ਹੈ ਕਿ મતલਬ ਮੰਨ ਲਓ ਕਿ ਆਪਾਂ ਉੱਚੇ ਹੋ ਕੇ ਆਸਨ ਹੁੰਦੇ ਆ ਤਾਨੂੰ ਸਾਨੂੰ ਸਥਲੋ ਸੰਸਾਰ ਸਾਰਾ ਦਿਸੇਗਾ ਸੰਸਾਰ ਵਿੱਚ ਖੁਸ਼ੀਆਂ ਵੀ ਹੋ ਰਹੀਆਂ ਗਮੀਆਂ ਵੀ ਹੋ ਰਹੀਆਂ ਕਾਫੀ ਕੁਝ ਹੋ ਰਿਹਾ ਸੰਸਾਰ ਵਿੱਚ ਪਰ ਜਦੋਂ ਤੁਸੀਂ ਉੱਤੇ ਬੈਠ ਕੇ ਦੇਖਿਓਗੇ ਸਾਰਾ ਕੁਝ ਫਿਰ ਤੁਸੀਂ ਅਨਫੈਕਟਿਡ ਹੋ ਇਦਾਂ ਇਹ ਪਾ ਜੀਵਨ ਵਿੱਚ ਜੀ ਆਪਾਂ ਜਿੰਦੇ ਆ ਤੇ ਦੁੱਖ ਆਏਗਾ ਨੋ ਪ੍ਰੋਬਲਮ ਆਨ ਦੋ ਜਿਸੋ ਖੈਗਾ ਨੋ ਪ੍ਰੋਬਲ ਉਹਨੂੰ ਵੀ ਆਉਂਦੀ ਮਤਲਬ ਉਹਦੇ ਵਿੱਚ ਸੰਭ ਰਹਿਣਾ ਬਰਾਬਰ ਰਹਿਣਾ ਇੱਕ ਇੱਕ ਵੱਡੀ ਵਿਵਸਥਾ ਸਾਰਿਆਂ ਦੀ ਗੱਲ ਸਾਰਿਆਂ ਮੈਂ ਗੱਲ ਨਹੀਂ ਕਰਤਾ ਪਿਆ ਨਾ ਮੈਂ ਆਪਣੀ ਗੱਲ ਕਰਤਾ ਪਿਆ ਮੈਂ ਵੈਸੇ ਜੋ ਗੁਰਸਿੱਖਾਂ ਦੀ ਅਵਸਥਾ ਉਹਦੀ ਮੈਂ ਆਪ ਜੀ ਨਾਲ ਮੈਂ ਸਾਂਝ ਕਰਨੇ ਆ ਕਿ ਨਾਸਟਿਕ ਕੋ ਪਰਸਨਲ ਕੁਐਸਚਨ ਹਾਂਜੀ ਤੁਸੀਂ ਕਦੀ ਆਪਣੇ ਆਖਰੀ ਟਾਈਮ ਬਾਰੇ ਸੋਚੇ ਕਿ ਤੁਸੀਂ ਕਿਦਾਂ ਚਾਹੋਗੇ ਆਪਣੇ ਆਖਰੀ ਟਾਈਮ ਤੇ ਕਿਦਾਂ ਕੀ ਹੋਵੇ ਲਾਈਕ ਡੂ ਯੂ ਵਾਂਟ ਟੂ ਹੈਵ ਲਾਈਕ ਲੋਟ ਆਫ ਗੈਦਰਿੰਗ ਯੂ نو ਪੀਪਲ ਲਾਈਕ ਯੂ نو ਫੋਰ ਯਰ ਲਾਸਟ ਰਾਈਟਸ ਟੂ ਰਿਮੈਂਬਰ ਯੂ ਫੋਰ ði ਗੁੱਡ ðiਟ ਯੂਵ ਡਨ ਫੋਰ ði ਵਰਲਡ ਮੈਂ ਪੰਚੀ ਵਸੇ ਤਾਂ ਮੈਂ ਕਾਫੀ ਸੋਚਦਾ ਰਹਿੰਦਾ ਕਿ ਮੇਰਾ ਆਖਰੀ ਵਕਤ ਕਦੋਂ ਆਏਗਾ ਕਿੱਥੇ ਆਏਗਾ ਮਤਲਬ ਜਰ ਆਪਸ ਵਿੱਚ ਉੱਠੀਦਾ ਪਰ ਇਹ ਇੰਦਾ ਥੋੜਾ ਜਿਹਾ ਸੋਚ ਕੇ ਚੱਲੀਦਾ ਕਿ ਸ਼ਾਇਦ ਇਹ ਆਖਰੀ ਦਿਨ ਹੈ ਸਾਡਾ ਹੂੰ ਤੇ ਉਸ ਤਰੀਕੇ ਨਾਲ ਫਿਰ ਜੀਵਨ ਦਾ ਮਤਲਬ ਜੀਵਨ ਦਾ ਹਰ ਇੱਕ ਰੰਗ ਉਹਦੇ ਵਿੱਚ ਇੱਕ ਆਨੰਦ ਮਿਲਦਾ ਹੈ ਉਹਦੇ ਵਿੱਚ ਇੱਕ ਮਹਿਕ ਮਿਲਦੀ ਆ ਤੇ ਬਾਕੀ ਜਿਵੇਂ ਆਪਾਂ ਮਤਲਬ ਅਖਰੀ ਜਰਾ ਮੌਕਾ ਹੁੰਦਾ ਉਹ ਕਿਸ ਨੂੰ ਨਹੀਂ ਪਤਾ ਤੇ ਮੇਰੀ ਕੋਈ ਇੱਛਾ ਨਹੀਂ ਹੈ ਕਿ ਉਸ ਵੇਲੇ ਕਿਵੇਂ ਹੋਣਾ ਚਾਹੀਦਾ ਹਾਂ ਜੇ ਕੋਈ ਇੱਛਾ ਹੋਵੇ ਇਹ ਹੈ ਕਿ ਗੁਰੂ ਦਰਬਾਰ ਵਿੱਚ ਆ ਪ੍ਰਾਣ ਉਹ ਜਾਨ ਉੱਡ ਜਾਣ ਤੇ ওর ਤੋਂ ਹੋ ਚੰਗੀ ਗੱਲ ਨਹੀਂ ਹੋ ਸਕਦੀ ਕਿ ਜੇ ਆਪਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਹੀ ਮਤਲਬ ਆਪਣਾ ਸਰੀਰ त्याग दिए ਉਹ ਇੱਕ ਗੁਰਸਿੱਖ ਵਾਸਤੇ ਇੱਕ ਸਭ ਤੋਂ ਵੱਡੀ ਗੱਲ ਹੈ